ਮਨਪ੍ਰੀਤ ਜੀ, ASI ਬੋਰਡ ਸਿੰਘ, ਜਿਸ 'ਤੇ ਦੋਸ਼ ਲੱਗੇ ਕਿ ਇਹਨਾਂ ਨੇ ਕਿਸੇ ਗੈਂਗਸਟਰ ਤੋਂ 1 ਲੱਖ ਰੁਪਏ ਦੀ ਰਿਸ਼ਵਤ ਲਈ ਹੈ, ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਖਾਰਜ ਹੋ ਗਈ ਜੀ? ਦੇਖੋ ਵਾਸੂ ਜੀ, ਇਹ ਇਕੱਲੇ ASI ਇੱਕ ਬੋਰਡ ਸਿੰਘ ਦੀ ਗੱਲ ਨਹੀਂ ਹੈ ਜੋ ਫਰੀਦਕੋਟ ਥਾਣੇ ਦੇ ਵਿੱਚ ਤੈਨਾਤ ਸੀ ਔਰ ਜਿਸ ਕਰਕੇ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਮਾਮਲਾ ਗੂੰਜਿਆ ਔਰ ਬੀਤੇ ਸੋਮਵਾਰ ਜਦੋਂ ਤੋਂ ਇਹ ਸੈਸ਼ਨ ਸ਼ੁਰੂ ਹੋਇਆ 2 ਸਤੰਬਰ ਨੂੰ ਇਹ ਮਾਮਲਾ ਗੂੰਜਿਆ। ਇੱਥੇ ਇੱਕ ਚੀਜ਼ ਹੋਰ ਆਉਂਦੀ ਹੈ ਕਿ ਪੂਰੀ ਪੰਜਾਬ ਸਰਕਾਰ ਦੀ ਇੱਕ ਤਰ੍ਹਾਂ ਦੀ ਪੋਲ ਖੁੱਲ ਗਈ ਜਦੋਂ ਉਹਨਾਂ ਦੇ ਆਪਣੇ ਹੀ ਸਪੀਕਰ ਨੇ ਕੁਲਤਾਰ ਸਿੰਘ ਸੰਧਵਾਂ, ਆਮ ਆਦਮੀ ਪਾਰਟੀ ਦੇ MLA ਵੀ ਹੈ ਕੋਟਕਪੂਰੇ ਤੋਂ, ਔਰ ਇਸੇ ਤਰ੍ਹਾਂ ਹੋਰ ਵੀ ਕਈ ਇਸ ਤਰ੍ਹਾਂ ਦੇ ਵਿਧਾਇਕ ਨੇ ਆਮ ਆਦਮੀ ਪਾਰਟੀ ਤੇ, ਜਦੋਂ ਆਪਣੀ ਹੀ ਸਰਕਾਰ ਘੇਰ ਲਈ ਕਿ ਦੇਖੋ ਜੀ ਇੱਥੇ ਤਾਂ ਮਾਫੀਆ ਦਾ ਰਾਜ ਚੱਲਦਾ, ਇੱਥੇ ਤਾਂ ਜਿਹੜੇ ਪੁਲਿਸ ਵਾਲੇ ਆ ਉਹਨਾਂ ਦਾ ਨੈਕਸਸ ਦਾ, ਉਹ ਗੈਂਗਸਟਰਸ ਦੇ ਨਾਲ, ਉਹ ਮਾਫੀਆ ਦੇ ਨਾਲ, ਡਰੱਗ ਪੈਡਲਰਸ ਦੇ ਨਾਲ, ਡਰੱਗ ਸਮਗਲਰਸ ਦੇ ਨਾਲ ਰਲੇ ਹੋਏ ਨੇ, ਮਿਲੇ ਹੋਏ ਨੇ, ਔਰ ਤੁਸੀਂ ਦੇਖੋ ਉਸ ਤੋਂ ਬਾਅਦ ਵਿਧਾਨ ਸਭਾ ਦਾ ਹਾਲ ਕੀ ਹੋਇਆ ਹੋਊ। ਇਹੀ ਚੀਜ਼ ਚਾਹੁੰਦੇ ਆ ਵਿਰੋਧੀ ਧਿਰ ਦੇ ਨੇਤਾ, ਉਹਨਾਂ ਨੂੰ ਵੀ ਮੌਕਾ ਮਿਲ ਗਿਆ ਔਰ ਉਹਨਾਂ ਨੇ ਵੀ ਕਹਿਤਾ ਕਿ ਤੁਹਾਡੇ ਤਾਂ ਇੱਥੇ ਸਾਰਾ ਮਾਮਲਾ ਹੀ ਗੜਬੜ ਹੋਇਆ ਹੋਇਆ, ਤੁਹਾਡੀ ਪੁਲਿਸ ਦੇ ਵਿੱਚ ਕਾਲੀਆਂ ਭੇਡਾਂ ਬਹੁਤ ਆ ਔਰ ਉਹਨਾਂ ਤੇ ਤੁਸੀਂ ਸਾਨੂੰ ਇੱਕ ਰਿਪੋਰਟ ਦਿਓ। ਦੇਖੋ ਜਦੋਂ ਤੱਕ ASI ਬੋਰਡ ਸਿੰਘ ਦੀ ਗੱਲ ਆ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਉਹਨਾਂ ਤੇ ਇਲਜ਼ਾਮ ਸੀ, ਉਹਨਾਂ ਤੇ ਕੇਸ ਵੀ ਦਰਜ ਸੀ, ਪਰ ਉਹਨਾਂ ਨੂੰ ਸਸਪੈਂਡ ਨਹੀਂ ਕੀਤਾ ਗਿਆ। ਪਰ ਜਿਸ ਤਰ੍ਹਾਂ ਹੀ ਇਹ ਮਾਮਲਾ ਵਿਧਾਨ ਸਭਾ 'ਚ ਉੱਠਿਆ, ਬੋਰਡ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ। ਔਰ ਇਸ ਤੇ ਮਾਮਲਾ ਕੀ ਸੀ, 1.5 ਲੱਖ ਰੁਪਇਆ ਇਸ ਨੇ ਇੱਕ ਗੈਂਗਸਟਰ ਤੋਂ ਮੰਗਿਆ ਸੀ, ਇਹ ਕੈਟੇਗਰੀ ਦਾ ਉਹ ਗੈਂਗਸਟਰ ਸੀ ਕਿ ਤੈਨੂੰ ਮੈਂ ਕੇਸ 'ਚੋਂ ਕੱਢ ਦੂੰਗਾ, 50,000 ਰੁਪਏ ਹੋਰ ਦੇਣ ਦਾ ਵਾਅਦਾ ਕੀਤਾ ਗਿਆ ਸੀ। ਇਸ ਚੀਜ਼ ਨੂੰ ਲੈ ਕੇ ਕੁਲਤਾਰ ਸਿੰਘ ਸੰਧਵਾਂ ਜਿਹੜੇ ਕੋਟਕਪੂਰਾ ਤੋਂ ਹੀ ਆਉਂਦੇ ਨੇ ਤੇ ਉੱਥੋਂ ਥਾਣੇ ਦਾ ਇਹ ਮਾਮਲਾ, ਉਹਨਾਂ ਨੇ ਇਹ ਮਾਮਲਾ ਚੱਕਿਆ ਸੀ। ਉਸ ਤੋਂ ਬਾਅਦ ਤੁਸੀਂ ਦੇਖੋ ਵਿਧਾਨ ਸਭਾ ਦੇ ਵਿੱਚ ਰੌਲਾ ਪੈ ਗਿਆ ਔਰ ਖੁਦ ਕੁਲਤਾਰ ਸਿੰਘ ਸੰਧਵਾਂ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ, ਉਹਨਾਂ ਨੇ ਕਿਹਾ ਸਾਰਿਆਂ ਨੂੰ ਆਪਣੇ ਵਿਚਾਰ ਪੇਸ਼ ਕਰਨ ਲਈ, ਔਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਮੌਕਾ ਚਾਹੀਦਾ ਸੀ। ਨਾਲ ਹੀ ਖੜੇ ਹੋ ਕੇ ਕਹਿਣ ਲੱਗ ਗਏ ਕਿ ਇੱਥੇ ਤਾਂ ਮਾਫੀਆ ਦਾ ਰਾਜ ਚੱਲਦਾ, ਤੇ ਨਾਲ ਹੀ ਪ੍ਰਗਟ ਸਿੰਘ, ਇਸੇ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ, ਉਹਨਾਂ ਨੇ ਵੀ ਕਹਿਣਾ ਸ਼ੁਰੂ ਕਰਤਾ ਕਿ ਇੱਥੇ ਕਾਲੀਆਂ ਭੇਡਾਂ ਨੇ, ਹਰੇਕ ਥਾਣੇ ਦੇ ਵਿੱਚ ਘੱਟੋ ਘੱਟ 2-2, 3-3 ਪੁਲਿਸ ਅਫਸਰ ਅਧਿਕਾਰੀ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦਾ ਇਹਨਾਂ ਦੇ ਨਾਲ ਗੈਂਗਸਟਰਸ ਦੇ ਨਾਲ, ਅਪਰਾਧੀਆਂ ਦੇ ਨਾਲ ਗੱਠਜੋੜਾ, ਤੇ ਇਹਨਾਂ ਕਾਲੀਆਂ ਭੇਡਾਂ ਦੀ ਪਹਿਚਾਣ ਕਰਕੇ ਆਈਡੈਂਟੀਫਾਈ ਕਰਕੇ ਇਹਨਾਂ ਨੂੰ ਪੁਲਿਸ ਦੇ ਵਿੱਚੋਂ ਕੱਢਣਾ ਚਾਹੀਦਾ। ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਤੇ ਆਫੀਸ਼ੀਏਟਿੰਗ DGP ਗੌਰਵ ਯਾਦਵ ਤੋਂ ਰਿਪੋਰਟ ਮੰਗ ਲਈ ਔਰ ਬੀਤੇ ਕੱਲ 10 ਵਜੇ ਤੱਕ ਇਹ ਰਿਪੋਰਟ ਆਉਣੀ ਚਾਹੀਦੀ ਸੀ ਗੌਰਵ ਯਾਦਵ ਵੱਲੋਂ, ਰਿਪੋਰਟ ਆਈ ਨਹੀਂ। ਤੇ ਜਦੋਂ ਪੁੱਛਿਆ ਗਿਆ ਕਿ ਤੁਸੀਂ ਤਾਂ ਰਿਪੋਰਟ ਮੰਗੀ ਸੀ ਇਸ ਸਾਰੇ ਮਾਮਲੇ ਤੇ, ਫਿਰ ਉਹਨਾਂ ਨੇ ਕਿਹਾ ਕਿ ਹੁਣ ਪੂਰੇ ਪੰਜਾਬ ਦੀ ਮੈਂ ਰਿਪੋਰਟ ਮੰਗੀ ਆ ਔਰ ਮੈਂ ਹੋਮ ਸੈਕਰੇਟਰੀ ਗੁਰਕੀਰਤ ਕਿਰਪਾਲ ਸਿੰਘ ਨੂੰ ਇਹ ਗੱਲ ਕਹੀ ਆ ਕਿ ਉਹ ਇਹ ਰਿਪੋਰਟ ਪੇਸ਼ ਕਰਨ। ਦੇਖੋ ਬੜਾ ਭਿਆਨਕ ਚਿਹਰਾ ਜਿਹੜਾ ਪੰਜਾਬ ਪੁਲਿਸ ਦਾ ਔਰ ਪੰਜਾਬ ਸਰਕਾਰ ਦਾ ਸਾਹਮਣੇ ਆਉਂਦਾ ਕਿ ਖੁਦ ਉਹਨਾਂ ਦਾ ਚੁਣਿਆ ਹੋਇਆ ਸਪੀਕਰ ਆਪਣੀ ਹੀ ਸਰਕਾਰ ਤੋਂ, ਆਪਣੀ ਹੀ DGP ਤੋਂ ਰਿਪੋਰਟ ਮੰਗ ਰਿਹਾ। ਕੀ ਇਹ ਗੱਲ ਉੱਥੋਂ ਦੇ ਮੁੱਖ ਮੰਤਰੀ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਸਿੱਧੀ ਨਹੀਂ ਸੀ ਹੋ ਸਕਦੀ ਕਿ ਤੁਹਾਡੇ ਮਹਿਕਮੇ ਦੇ ਵਿੱਚ ਇਹ ਕੁਛ ਹੋ ਰਿਹਾ? ਕਿਤੇ ਨਾ ਕਿਤੇ ਸਾਰਾ ਕੁਛ ਆਮ ਆਦਮੀ ਪਾਰਟੀ ਦੇ ਵਿੱਚ ਠੀਕ ਨਹੀਂ ਹੈ। ਤੇ ਇਹ ਗੱਲਾਂ ਵਿਧਾਨ ਸਭਾ ਦੇ ਵਿੱਚ ਹੁਣ ਖੁੱਲ੍ਹ ਕੇ ਸਾਹਮਣੇ ਆਈਆਂ ਔਰ ਇਸੇ ਤਰ੍ਹਾਂ ASI ਬੋਰਡ ਸਿੰਘ ਨੇ ਜਿਹੜੀ ਅਗਾਊਂ ਜ਼ਮਾਨਤ ਲਾਈ ਸੀ, ਐਂਟੀਸਪੇਟਰੀ ਬੇਲ, ਉਹ ਵੀ ਕੋਰਟ ਵੱਲੋਂ ਰਿਜੈਕਟ ਕਰ ਦਿੱਤੀ ਗਈ। ਜੀ ਜੀ ਵਾਸੂ ਜੀ, ਤੇ ਮਨਪ੍ਰੀਤ ਜੀ, ਉੱਧਰ ਹਰਿਆਣੇ ਦੇ ਵਿੱਚ ਇਲੈਕਸ਼ਨ ਤੋਂ ਪਹਿਲਾਂ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਕਾਰ ਗੱਠਜੋੜ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ। ਅੱਜ KC ਵੇਣੁਗੋਪਾਲ ਤੇ ਰਾਘਵ ਚੱਡਾ ਦੇ ਵਿਚਕਾਰ ਮੁਲਾਕਾਤ ਹੋਏਗੀ। ਦੇਖੋ 2 ਬੈਠਕਾਂ ਹੋ ਚੁੱਕੀਆਂ ਨੇ, ਤੀਸਰੀ ਬੈਠਕ ਫੇਰ ਹੋਣ ਜਾ ਰਹੀ ਹੈ। ਹਜੇ ਤੱਕ ਆਪਸ ਦੇ ਵਿੱਚ ਤਾਲਮੇਲ ਕਿਤੇ ਬੜਿਆ ਨਹੀਂ। ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਸੰਨ 2024 ਦੀਆਂ ਜਿਹੜੀ ਲੋਕ ਸਭਾ ਦੀਆਂ ਚੋਣਾਂ ਸੀ ਉਹਦੇ ਵਿੱਚ ਇੰਡੀਆ ਅਲਾਇੰਸ ਦਾ ਆਮ ਆਦਮੀ ਪਾਰਟੀ ਹਿੱਸਾ ਸੀ, ਕਾਂਗਰਸ ਹਿੱਸਾ ਸੀ, ਪਰ ਬਾਅਦ ਦੇ ਵਿੱਚ ਜਦੋਂ ਚੋਣਾਂ ਦੇ ਨਤੀਜੇ ਆਏ ਔਰ ਆਮ ਆਦਮੀ ਪਾਰਟੀ ਨੂੰ ਨਾ ਤਾਂ ਪੰਜਾਬ ਦੇ ਵਿੱਚ ਉਸ ਤਰ੍ਹਾਂ ਦਾ ਬਹੁਮਤ ਮਿਲਿਆ ਜਾਂ ਕਿਸੇ ਤਰ੍ਹਾਂ ਦੀਆਂ ਸੀਟਾਂ ਮਿਲੀਆਂ, ਕੇਵਲ 3 ਸੀਟਾਂ ਤੇ ਰਹਿ ਗਈ ਉਹ, ਨਾ ਹਰਿਆਣੇ ਦੇ ਵਿੱਚ ਕੋਈ ਸੀਟ ਲੱਭੀ, ਨਾ ਦਿੱਲੀ ਦੇ ਵਿੱਚ ਕੋਈ ਸੀਟ ਲੱਭੀ। ਇਸ ਤਰ੍ਹਾਂ ਲੱਗਾ ਕਿ ਇਹਨਾਂ ਨੇ ਕੋਈ ਗਲਤੀ ਕਰ ਲਈ ਹੋਵੇ, ਤੇ ਇਸੇ ਕਰਕੇ ਇਹਨਾਂ ਨੇ ਐਲਾਨ ਕਰਤਾ ਸੀ ਕਿ ਅੱਜ ਤੋਂ ਬਾਅਦ ਜਿੰਨੀਆਂ ਚੋਣਾਂ ਹੋਣਗੀਆਂ, ਕਿਉਂਕਿ ਸਾਡਾ ਇਹ ਅਲਾਇੰਸ ਕੇਵਲ ਤੇ ਕੇਵਲ ਲੋਕ ਸਭਾ ਦੀਆਂ ਚੋਣਾਂ
ਸੰਨ 2024 ਤੱਕ ਸੀ ਤੇ ਜਿਹੜੀਆਂ ਅਸੈਂਬਲੀ ਦੀਆਂ ਚੋਣਾਂ ਹੋਣਗੀਆਂ ਉਹ ਅਸੀਂ ਇਕੱਲੇ ਲੜਾਂ। ਪਰ ਹੁਣ ਇੱਕ ਵਾਰੀ ਫੇਰ ਸੁਣਨੋਂ ਇਹ ਗੱਲ ਮਿਲ ਰਹੀ ਹੈ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕੇ ਸੀ ਵੇਣੁਗੋਪਾਲ ਤੇ ਰਾਘਵ ਚੱਡਾ ਬੈਠਕਾਂ ਕਰ ਰਹੇ ਆ, 90 ਸੀਟਾਂ ਨੇ, ਔਰ ਕਾਂਗਰਸ ਪਾਰਟੀ ਦੀ ਜਿਹੜੀਆਂ ਮੁੱਢਲੀਆਂ ਬੈਠਕਾਂ ਉਹ ਇਹਨਾਂ ਨੂੰ ਕੇਵਲ 7 ਸੀਟਾਂ ਦੇਣਾ ਚਾਹੁੰਦੇ ਆ, ਜਦਕਿ ਆਮ ਆਦਮੀ ਪਾਰਟੀ ਨੂੰ ਲੱਗਦਾ ਕਿ ਸਾਨੂੰ ਘੱਟੋ ਘੱਟ 10 ਸੀਟਾਂ ਤੇ ਲੜਨਾ ਚਾਹੀਦਾ। ਇਸ ਉੱਤੇ ਸਹਿਮਤੀ ਬਣਨੀ ਬਾਕੀ ਹੈ। ਤੁਸੀਂ ਯਾਦ ਕਰੋ ਪਿਛਲੀਆਂ ਲੋਕ ਸਭਾ ਜਾਂ ਜਿਹੜੀਆਂ ਹੁਣੇ ਲੋਕ ਸਭਾ ਦੀਆਂ ਸੀਟਾਂ ਹੋ ਕੇ ਚੋਣਾਂ ਹੋ ਕੇ ਹਟੀਆਂ ਨੇ, ਉਹਦੇ ਵਿੱਚੋਂ ਕਾਂਗਰਸ 5 ਸੀਟਾਂ ਲੈ ਕੇ ਜਿੱਤੀਆਂ ਤੇ ਇਸ ਆਮ ਆਦਮੀ ਪਾਰਟੀ ਨੂੰ ਤਾਂ 1 ਵੀ ਸੀਟ ਨਹੀਂ ਸੀ ਆਈ। ਸੋ ਇਸ ਉੱਤੇ ਵੀ ਮਾਮਲਾ ਫਸਿਆ ਹੋਇਆ, ਔਰ ਬੈਠਕ ਦੇਖਦੇ ਆ ਫੇਰ ਦੁਬਾਰਾ ਹੋਣ ਜਾ ਰਹੀ ਹੈ ਕਿ ਇਸ ਉੱਤੇ ਸਹਿਮਤੀ ਬਣਦੀ ਹੈ। ਔਰ ਖਾਸ ਤੌਰ ਤੇ ਰਾਹੁਲ ਗਾਂਧੀ ਦਾ ਇਹਦੇ ਵਿੱਚ ਇਹੀ ਕਹਿਣਾ ਕਿ ਕਿਤੇ ਵੋਟਾਂ ਡਿਵਾਈਡ ਨਾ ਹੋ ਜਾਣ, ਕਿਤੇ ਵੰਡੀਆਂ ਨਾ ਜਾਣ, ਔਰ ਇਸ ਗੱਲ ਦਾ ਫਾਇਦਾ ਕਿਤੇ ਭਾਰਤੀ ਜਨਤਾ ਪਾਰਟੀ ਨੂੰ ਨਾ ਹੋ ਜੇ। ਸਿਰਫ ਤੇ ਸਿਰਫ ਇਸ ਕਰਕੇ ਅਸੀਂ ਇਹ ਗੱਠਜੋੜ ਕਰ ਰਹੇ ਹਾਂ ਕਿਉਂਕਿ ਜੇ ਡਿਵੀਜ਼ਨ ਆਫ ਵੋਟ ਹੁੰਦੀ ਆ ਤੇ ਹੋ ਸਕਦਾ ਸਾਡਾ ਕਿਤੇ ਨੁਕਸਾਨ ਨਾ ਹੋ ਜੇ। ਜੀ ਵਾਸੂ ਜੀ। ਤੇ ਮਨਪ੍ਰੀਤ ਜੀ, ਹੁਣ ਕਿਸਾਨ ਜਥੇਬੰਦੀਆਂ ਦਾ ਇਹ ਕਹਿਣਾ ਵੀ ਜੇ ਸਰਕਾਰ ਨੇ ਉਹਨਾਂ ਦੀ ਮੰਗ ਨਾ ਮੰਨੀ ਤਾਂ ਫਿਰ ਉਹ ਆਪਣੇ ਵਿਰੋਧ ਪ੍ਰਦਰਸ਼ਨ ਦਾ ਵਿਸਤਾਰ ਵੀ ਕਰ ਸਕਦੇ ਨੇ। ਦੇਖੋ 5 ਦਿਨਾਂ ਦਾ ਇਹ ਵਿਰੋਧ ਪ੍ਰਦਰਸ਼ਨ ਆ, ਜੋਗਿੰਦਰ ਸਿੰਘ ਉਗਰਾਹਾਂ ਜਾਂ ਉਗਰਾਹਾਂ ਜਥੇਬੰਦੀ ਹੈ ਜਿਹੜੀ ਸਭ ਤੋਂ ਵੱਡੀ ਜਥੇਬੰਦੀ ਕਿਸਾਨਾਂ ਦੀ ਪੰਜਾਬ ਦੇ ਵਿੱਚ ਮੰਨੀ ਜਾਂਦੀ ਆ, ਉਹਦੇ ਵਿੱਚ ਮਰਦ ਔਰਤਾਂ 19 ਸ਼ਮੂਲੀਅਤ ਉਸੇ ਤਰ੍ਹਾਂ ਦੀ ਉਹਨਾਂ ਦੀ ਮੌਜੂਦਗੀ ਹੈ ਇਸ ਜਥੇਬੰਦੀ ਦੇ ਵਿੱਚ। ਪਹਿਲਾਂ ਤਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਇਹਨਾਂ ਨੂੰ 1000 ਬੰਦਾ ਲੈ ਕੇ ਜਾਣ ਦੀ ਇਜਾਜ਼ਤ ਦਿੱਤੀ ਸੀ ਕਿ ਤੁਸੀਂ ਯੂਪੀ ਦੇ ਵਿੱਚ ਆ ਸਕਦੇ ਹੋ। ਆਪਣੇ ਆਪ ਦੇ ਵਿੱਚ ਬੜੀ ਹਾਸੋਹੀਣੀ ਗੱਲ ਲੱਗਦੀ ਹੈ ਕਿ ਕਿਸਾਨਾਂ ਨੂੰ ਕਦੇ ਤੁਸੀਂ ਦਿੱਲੀ ਨਹੀਂ ਜਾਣ ਦਿੰਦੇ, ਕਦੇ ਤੁਸੀਂ ਚੰਡੀਗੜ੍ਹ ਨਹੀਂ ਜਾਣ ਦਿੰਦੇ, ਇਸ ਤਰ੍ਹਾਂ ਤਾਂ ਤੁਸੀਂ ਬਿਲਕੁਲ ਉਹਨਾਂ ਦੇ ਜਾਣ ਆਉਣ ਤੇ ਹਰ ਕਿਤੇ ਰੋਕ ਟੋਕ ਹੀ ਲਾ ਦੋਗੇ। ਆਖਿਰਕਾਰ ਇਹ ਦੋਨੇ ਚੰਡੀਗੜ੍ਹ ਦਿੱਲੀ ਭਾਰਤ ਦਾ ਹਿੱਸਾ, ਇਹ ਕੀ ਗੱਲ ਹੋਈ ਕਿ ਜੇ ਕੇਂਦਰ ਪ੍ਰਸ਼ਾਸਿਤ ਸੂਬੇ ਨੇ ਜਾਂ ਯੂਟੀਜ਼ ਆ ਤੇ ਇੱਥੇ ਤੁਸੀਂ ਜਾਣ ਹੀ ਨਾ ਦਿਓ। ਦੂਸਰੀ ਗੱਲ, ਸੰਨ 2009 ਤੋਂ ਬਾਅਦ 15 ਸਾਲਾਂ ਬਾਅਦ ਇਹਨਾਂ ਨੂੰ ਇਜਾਜ਼ਤ ਮਿਲੀ ਕਿ ਤੁਸੀਂ ਮਟਕਾ ਚੌਂਕ ਚੰਡੀਗੜ੍ਹ ਜਾ ਸਕਦੇ ਹੋ, ਉੱਥੋਂ ਤੱਕ ਕੇਵਲ 1000 ਬੰਦਾ ਲੈ ਕੇ ਜਾ ਸਕਦੇ ਹੋ। ਇਹ ਵੱਖਰੀ ਗੱਲ ਹੈ ਕਿ ਉੱਥੇ 7 ਤੋਂ 10 ਹਜ਼ਾਰ ਬੰਦਾ ਪਹੁੰਚ ਗਿਆ ਔਰ ਉਹਨਾਂ ਨੇ ਧਰਨਾ ਪ੍ਰਦਰਸ਼ਨ ਕੀਤਾ। ਦਰਅਸਲ ਕਿਸਾਨਾਂ ਨੇ ਵਿਧਾਨ ਸਭਾ ਤੱਕ ਕੂਚ ਕਰਨਾ ਸੀ, ਪਰ ਵਿਧਾਨ ਸਭਾ ਤੱਕ ਜਾਣ ਦੀ ਇਹਨਾਂ ਨੂੰ ਇਜਾਜ਼ਤ ਨਹੀਂ ਮਿਲੀ। ਇਹਨਾਂ ਦਿਨਾਂ ਦੇ ਵਿੱਚ ਮੌਨਸੂਨ ਸੈਸ਼ਨ ਚੱਲ ਰਿਹਾ, 5 ਦਿਨਾਂ ਦਾ ਹੈ, ਔਰ ਅੱਜ ਚੌਥਾ ਦਿਨ ਆ, ਅੱਜ ਇੱਥੇ ਬੁੱਧਵਾਰ ਆ, 4 ਸਤੰਬਰ, ਯਾਨੀ ਕਿ ਆਉਣ ਵਾਲੇ ਵੀਰਵਾਰ ਤੱਕ ਇਹ ਧਰਨਾ ਪ੍ਰਦਰਸ਼ਨ ਰਹੇਗਾ। ਪਰ ਕਿਸਾਨਾਂ ਨੇ ਚੇਤਾਵਨੀ ਇਹ ਦਿੱਤੀ ਹੈ ਕਿ ਜੇ ਤੁਸੀਂ ਸਾਡੀਆਂ ਮੰਗਾਂ ਨਾ ਮੰਨੀਆਂ ਜਾਂ ਇਹਨਾਂ ਉੱਤੇ ਕਿਸੇ ਤਰ੍ਹਾਂ ਦੀ ਵਿਚਾਰ ਚਰਚਾ ਨਾ ਕੀਤੀ ਸਾਡੀਆਂ ਮੰਗਾਂ ਮੰਨਣ ਲਈ, ਤਾਂ ਫਿਰ ਹੋ ਸਕਦਾ ਅਸੀਂ ਆਪਣੇ ਇਸ ਧਰਨਾ ਪ੍ਰਦਰਸ਼ਨ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਵਿਸਤਾਰ ਕਰਾਂਗੇ, ਇਸ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ ਤਾਂ ਕਿ ਇਸ ਸਰਕਾਰ ਨੂੰ ਝੁਕਾਇਆ ਜਾ ਸਕੇ ਔਰ ਆਪਣੀਆਂ ਮੰਗਾਂ ਮਨਾਈਆਂ ਜਾ ਸਕਣ। ਕਿਉਂਕਿ ਹਜੇ ਤੱਕ ਪੰਜਾਬ ਦੀ ਸਰਕਾਰ ਨੂੰ ਲੱਗਦਾ ਕਿ ਸਾਡੇ ਪ੍ਰਤੀ ਥੋੜੀ ਧਰਨਾ ਜਾਂ ਸਾਡੇ ਖਿਲਾਫ ਥੋੜੀ ਆ, ਇਹ ਤਾਂ ਕੇਂਦਰ ਦੇ ਖਿਲਾਫ ਆ, ਜਦਕਿ ਇਹ ਸਾਰੇ ਦਾ ਸਾਰਾ ਧਰਨਾ ਪ੍ਰਦਰਸ਼ਨ ਚੰਡੀਗੜ੍ਹ ਦੇ ਵਿੱਚ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਆ। ਜੀ ਵਾਸੂ ਜੀ। ਮਨਪ੍ਰੀਤ ਜੀ, ਅਕਾਲ ਤਖ਼ਤ ਸਾਹਿਬ ਦੇ ਫੈਸਲੇ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਜਿਹੜੇ ਆਗੂ ਬਿਆਨਬਾਜ਼ੀ ਕਰ ਰਹੇ ਸੀ, ਉਹਨਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਚੇਤਾਵਨੀ ਦਿੱਤੀ ਗਈ ਹੈ? ਦੇਖੋ, ਇਹ ਸਾਰੇ ਜਿੰਨਾ ਬਾਗੀ ਧਿਰ ਸੀ ਜਾਂ ਬਾਗੀ ਧੜਾ ਸੀ, ਇਹ ਭੱਜ ਕੇ ਤਾਂ ਅਕਾਲ ਤਖ਼ਤ ਸਾਹਿਬ ਇਸ ਕਰਕੇ ਗਏ ਸੀ ਕਿ ਸ਼ਾਇਦ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਦੀ ਗੱਦੀ ਤੋਂ ਲਾ ਦਾਂਗੇ, ਉਹਨਾਂ ਦੇ ਅਹੁਦੇ ਤੋਂ ਲਾ ਦਾਂਗੇ, ਪਰ ਇਸ ਤਰ੍ਹਾਂ ਹੋਇਆ ਨਹੀਂ। ਜਿਸ ਤਰ੍ਹਾਂ ਦੀ ਇਹਨਾਂ ਨੂੰ ਉਮੀਦ ਸੀ ਉਸ ਤਰ੍ਹਾਂ ਦਾ ਨਤੀਜਾ ਨਹੀਂ ਆਇਆ ਤੇ ਅਕਾਲ ਤਖ਼ਤ ਸਾਹਿਬ ਨੇ ਤਨਖਾਹ ਲਾਤੀ, ਤਨਖਾਹ ਇਹ ਲਾਤੀ, ਦੋਸ਼ੀ ਕਰਾਰ ਦਿੱਤਾ ਸੁਖਬੀਰ ਸਿੰਘ ਬਾਦਲ ਨੂੰ, ਕਹਿ ਕੇ ਕਿ ਹੁਣ ਸਜ਼ਾ ਕੀ ਆ ਉਹਨਾਂ ਨੂੰ, ਚਲੋ ਵੱਧ ਤੋਂ ਵੱਧ ਕੀ ਆ ਉਹਨਾਂ ਤੋਂ ਸਫਾਈ ਕਰਾ ਲੈਣਗੇ, ਭਾਂਡੇ ਮਜਾ ਲੈਣਗੇ, ਜੁੱਤੀਆਂ ਸਾਫ਼ ਕਰਾ ਲੈਣਗੇ। ਲੇਕਿਨ ਉਸ ਤੋਂ ਬਾਅਦ ਜਿਹੜੀ ਉਮੀਦ ਇਸ ਬਾਗੀ ਧਿਰ ਨੂੰ ਸੀ ਉਹ ਗੱਲ ਨਹੀਂ ਹੋਈ, ਉਹ ਅੱਜ ਵੀ ਉਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ। ਦੂਸਰੀ ਗੱਲ, ਲਗਾਤਾਰ ਬਿਆਨਬਾਜ਼ੀ ਜਾ ਰਹੀ ਹੈ, ਕਿਤੇ ਨਾ ਕਿਤੇ ਖੁਸ਼ ਨਹੀਂ। ਇੱਕ ਪਾਸੇ ਤਾਂ ਅਕਾਲ ਤਖ਼ਤ ਸਾਹਿਬ ਦੇ ਇਸ ਫੈਸਲੇ ਦੀ ਤਾਰੀਫ ਵੀ ਕਰਨੀ ਪੈ ਰਹੀ ਹੈ ਮਜਬੂਰਨ, ਤੇ ਦੂਸਰਾ ਇਹ ਵੀ ਕਹਿਣਾ ਪੈ ਰਿਹਾ ਕਿ ਸੁਖਬੀਰ ਸਿੰਘ ਬਾਦਲ ਗੱਦੀ ਤੋਂ ਕਿਉਂ ਨਹੀਂ ਹਟਦੇ, ਯਾਨੀ ਕਿ ਕੰਟਰਾਡਿਕਟਰੀ ਸਟੇਟਮੈਂਟ ਦੇ ਰਹੇ ਨੇ। ਤੇ ਇਸੇ ਕਰਕੇ ਹੁਣ ਅਕਾਲ ਤਖ਼ਤ ਸਾਹਿਬ ਵੱਲੋਂ ਜਾਂ ਗਿਆਨੀ ਰਘਵੀਰ ਸਿੰਘ ਵੱਲੋਂ ਇਹ ਫਰਮਾਨ ਆਇਆ ਕਿ ਇਸ ਉੱਤੇ ਬਿਆਨਬਾਜ਼ੀ ਬੰਦ ਕਰ ਦਿਓ, ਅਸੀਂ ਅਖੀਰਲਾ ਫੈਸਲਾ ਲੈ ਲਿਆ।
ਔਰ ਇੱਕ ਗੱਲ ਉਹਨਾਂ ਨੇ ਹੋਰ ਕਹੀ ਆ ਕਿ ਜਿਹੜੇ ਤੁਸੀਂ ਬਣੇ ਫਿਰਦੇ ਹੋ ਬਾਗੀ ਧਿਰ ਬਣ ਗਏ ਹੋ ਜਾਂ ਸਾਰਾ ਦਾ ਸਾਰਾ ਦੋਸ਼ ਤੁਸੀਂ ਸੁਖਬੀਰ ਸਿੰਘ ਬਾਦਲ ਤੇ ਮੜੀ ਜਾਂਦੇ ਹੋ, ਘੱਟੋ ਘੱਟ ਤੁਸੀਂ ਵੀ ਨਾਲ ਮੰਤਰੀ ਰਹੇ ਹੋ, ਕੈਬਨਿਟ ਮੰਤਰੀ ਹੋ, ਸਾਰੀਆਂ ਸੁੱਖ ਸੁਵਿਧਾਵਾਂ ਤੁਸੀਂ ਭੋਗੀਆਂ ਨੇ, ਹਰ ਤਰ੍ਹਾਂ ਦੀ ਮੌਜ ਮਸਤੀ ਤੁਸੀਂ ਬਤੌਰ ਮੰਤਰੀ ਕੀਤੀ ਆ, ਤੇ ਤੁਸੀਂ ਵੀ ਉਨੇ ਹੀ ਜ਼ਿੰਮੇਵਾਰ ਹੋ। 17 ਮੰਤਰੀ ਕੈਬਨਿਟ ਮੰਤਰੀ ਇਹਨਾਂ ਦੇ ਰਹੇ ਆ ਵਾਸੂ ਜੀ, ਉਹਨਾਂ ਸਾਰਿਆਂ ਨੂੰ ਕਿਹਾ ਕਿ ਤੁਸੀਂ ਵੀ ਆਪਣਾ ਸਪਸ਼ਟੀਕਰਨ ਦਿਓ, ਚਾਹੇ ਕਿਸੇ ਵਕਤ ਮਨਪ੍ਰੀਤ ਸਿੰਘ ਬਾਦਲ ਹੁੰਦੇ ਸੀ ਜਿਹੜੇ ਅੱਜ ਕੱਲ੍ਹ ਭਾਜਪਾ 'ਚ ਆ, ਚਾਹੇ ਗੁਲਜ਼ਾਰ ਸਿੰਘ ਰਣੀਕੇ ਸੀ, ਚਾਹੇ ਸਿਕੰਦਰ ਸਿੰਘ ਮਲੂਕਾ ਸੀ, ਚਾਹੇ ਜੋ ਵੀ ਮੰਤਰੀ ਸੀ ਸੁਰਜੀਤ ਸਿੰਘ ਰੱਖੜਾ ਸੀ, ਇਹ ਸਾਰੇ 17 ਦੇ 17 ਮੰਤਰੀ ਰਹੇ ਨੇ। ਇਸੇ ਤਰ੍ਹਾਂ ਸੁੱਚਾ ਸਿੰਘ ਲੰਗਾਹ ਵੀ ਸੀ। ਇਹਨਾਂ ਸਾਰਿਆਂ ਨੂੰ ਕਿਹਾ ਗਿਆ ਕਿ ਤੁਸੀਂ ਸਪਸ਼ਟੀਕਰਨ ਦਿਓ ਕਿ ਤੁਸੀਂ ਕੀ ਕੀਤਾ ਜਦੋਂ ਤੁਸੀਂ ਨਾਲ ਸੀ, ਔਰ ਤੁਸੀਂ ਇਹਨਾਂ ਚੀਜ਼ਾਂ ਲਈ ਮਾਫੀ ਕਿਉਂ ਨਹੀਂ ਮੰਗੀ, ਹੁਣ ਤੁਸੀਂ ਆਉਂਦੇ ਹੋ, ਹੁਣ ਤੁਸੀਂ ਬਗਾਵਤ ਕੀਤੀ ਹੈ। ਸੋ ਕਿਤੇ ਨਾ ਕਿਤੇ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਗੱਲ ਕਹੀ ਸੀ ਕਿ ਇੱਕ ਤਰ੍ਹਾਂ ਸੁਖਬੀਰ ਸਿੰਘ ਬਾਦਲ ਦਾ ਤਨਖਾਹ ਲੱਗਣ ਦੇ ਨਾਲ ਬਚਾਅ ਹੋ ਗਿਆ, ਕਿਉਂਕਿ ਨਿਮਾਣਾ ਜਿਹਾ ਸਿੱਖ ਬਣ ਕੇ ਤਾਂ ਹਰ ਕੋਈ ਉੱਥੇ ਜਾਂਦਾ ਜਾਂ ਕੋਈ ਵੀ ਸ਼ਰਧਾਲੂ ਉੱਥੇ ਜਾਂਦਾ, ਤੇ ਉਹ ਇਹੀ ਕੁਝ ਕਰਦਾ, ਚਾਹੇ ਉੱਥੇ ਤਨਖਾਹ ਲੱਗੀ ਹੋਵੇ ਚਾਹੇ ਨਾ ਲੱਗੀ ਹੋਵੇ, ਸੇਵਾ ਤਾਂ ਜਾ ਕੇ ਉੱਥੇ ਸਾਰੇ ਕਰਦੇ ਹੀ ਕਰਦੇ ਆ। ਜੀ ਵਾਸੂ ਜੀ, ਤੇ ਮਨਪ੍ਰੀਤ ਜੀ, ਉੱਧਰ ਹਰਿਆਣੇ ਦੇ ਫਰੀਦਾਬਾਦ ਦੇ ਵਿੱਚ ਇਹ ਅਖੌਤੀ ਜਿਹੜੇ ਗੌਰਕਸ਼ਕ ਬਣੇ ਫਿਰਦੇ ਨੇ, ਇਹਨਾਂ ਨੇ 12ਵੀਂ ਜਮਾਤ ਦੇ ਇੱਕ ਬੱਚੇ ਦੀ ਜਾਨ ਲੈ ਲਈ। ਬਿਲਕੁਲ, ਤੁਸੀਂ ਬੜਾ ਸਹੀ ਸ਼ਬਦ ਦਾ ਇਸਤੇਮਾਲ ਕੀਤਾ ਵਾਸੂ ਜੀ, ਅਖੌਤੀ ਗਊ ਰੱਖਿਅਕ। ਔਰ ਕਿੰਨੀਆਂ ਜਾਨਾਂ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਵਿੱਚ ਔਰ ਵੱਖਰੇ ਵੱਖਰੇ ਸੂਬਿਆਂ ਦੇ ਵਿੱਚ ਲੈ ਲਈਆਂ, ਇਹ ਆਪਣੇ ਆਪ ਦੇ ਵਿੱਚ ਭਾਰਤ ਦੇ ਲੋਕਤੰਤਰ ਲਈ, ਭਾਰਤ ਦੀ ਡੈਮੋਕ੍ਰੇਸੀ ਲਈ, ਔਰ ਜਿਹੜੀ ਭਾਰਤ ਦੀ ਸਰਕਾਰ ਜਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕਹਿੰਦੀ ਆ ਕਿ ਅਸੀਂ ਲੋਕਤੰਤਰ ਦੀ ਮਾਂ ਵਾਂ, ਅਸੀਂ ਤੇ ਡੈਮੋਕ੍ਰੇਸੀ ਦੀ ਮਾਂ ਵਾਂ, ਉਹਨਾਂ ਲਈ ਇਸ ਤੋਂ ਵੱਧ ਸ਼ਰਮਨਾਕ ਗੱਲ ਨਹੀਂ ਹੋ ਸਕਦੀ। ਫਰੀਦਾਬਾਦ ਦੇ ਵਿੱਚ 23 ਅਗਸਤ ਦੀ ਇਹ ਘਟਨਾ ਜਿਹੜੀ ਉਜਾਗਰ ਹੋਣ ਹੋਈ ਆ ਗ੍ਰਿਫਤਾਰੀਆਂ ਤੋਂ ਬਾਅਦ, ਔਰ ਇੱਕ 12ਵੀਂ ਕਲਾਸ ਦਾ ਬੱਚਾ, 12th ਕਲਾਸ ਦਾ ਬੱਚਾ ਆਰੀਅਨ ਮਿਸ਼ਰਾ ਉਹਦਾ ਨਾਂ ਸੀ, ਦੇਖੋ ਤੁਸੀਂ, ਉਸ ਮੁੰਡੇ ਨੂੰ ਇਸ ਕਰਕੇ ਗੋਲੀ ਮਾਰਤੀ ਕਿ ਕਿਸੇ ਨੂੰ ਜਿਹੜੇ ਗੌਰ ਰੱਖੇ ਬਣੇ ਫਿਰਦੇ ਆ, ਉਹਨਾਂ ਨੂੰ ਲੱਗਿਆ ਕਿ ਸ਼ਾਇਦ ਇਹ ਗਾਵਾਂ ਦੀ ਸਮਗਲਿੰਗ ਕਰਦੇ ਆ, ਤਸਕਰੀ ਕਰਦੇ ਆ। ਇਹਨਾਂ ਦੀ ਗੱਡੀ ਦਾ ਪਿੱਛਾ ਕੀਤਾ ਗਿਆ, 50 ਕਿਲੋਮੀਟਰ ਇਹਨਾਂ ਦੀ ਗੱਡੀ ਚੇਸ ਕੀਤੀ ਗਈ, ਔਰ ਚੇਸ ਕਰਨ ਤੋਂ ਬਾਅਦ ਜਦੋਂ ਇਹਨਾਂ ਨੇ ਗੱਡੀ ਰੋਕੀ ਨਹੀਂ ਤੇ ਇਹਨਾਂ ਤੇ ਗੋਲੀਆਂ ਚਲਾ ਦਿੱਤੀਆਂ। ਕਿਹਨੇ ਇਹਨਾਂ ਨੂੰ ਅਧਿਕਾਰ ਦਿੱਤਾ? ਦਰਅਸਲ ਇਹਨਾਂ ਦੇ ਹੌਸਲੇ ਬਹੁਤ ਵਧੇ ਹੋਏ ਆ ਜਦੋਂ ਇਹਨਾਂ ਦੇ ਖਿਲਾਫ ਕਾਰਵਾਈਆਂ ਨਹੀਂ ਹੁੰਦੀਆਂ। ਕਿਸ ਤਰ੍ਹਾਂ ਇਹ ਕੁੱਟ ਕੇ ਮਾਰ ਕੇ ਲੋਕਾਂ ਦੀ ਲਿੰਚਿੰਗ ਕਰ ਦਿੰਦੇ ਆ, ਸਿਰਫ ਇਸ ਕਰਕੇ ਕਿਉਂਕਿ ਇਹ ਗਊਆਂ ਦੀ ਸਮਗਲਿੰਗ ਕਰਦਾ? ਕਿਉਂ ਨਹੀਂ ਇਹ ਗੱਲਾਂ ਪੁਲਿਸ ਤੱਕ ਪਹੁੰਚਦੀਆਂ? ਪੁਲਿਸ ਨੂੰ ਕਿਉਂ ਇਹਦੇ ਵਿੱਚ ਭਰੋਸੇ ਵਿੱਚ ਨਹੀਂ ਲਿੱਤਾ ਜਾਂਦਾ? ਸੋ ਇਹ ਸਾਰੀਆਂ ਘਟਨਾਵਾਂ ਹੁੰਦੀਆਂ ਨੇ। 4 ਵਿਅਕਤੀਆਂ ਦੀ ਗ੍ਰਿਫਤਾਰੀ ਜ਼ਰੂਰ ਹੋ ਗਈ ਆ, ਪਰ ਕੀ ਇਹ ਜਿਹੜਾ 12ਵੀਂ ਕਲਾਸ ਦਾ ਆਰੀਅਨ ਮਿਸ਼ਰਾ ਇਹ ਕਦੇ ਜ਼ਿੰਦਗੀ 'ਚ ਵਾਪਸ ਆਊਗਾ ਜਾਂ ਕਦੇ ਫਿਰ ਇਹ ਪਰਿਵਾਰ 'ਚ ਵਾਪਸ ਆ ਸਕੇਗਾ? ਇਸ ਗੱਲ ਉੱਤੇ ਸੋਚਣ ਵਿਚਾਰਨ ਦੀ ਲੋੜ ਆ। ਔਰ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ, ਤੁਸੀਂ ਦੇਖ ਲਓ, ਇਹਨਾਂ ਜੋ ਵੀ ਇਸ ਤਰ੍ਹਾਂ ਦੇ ਇੰਸੀਡੈਂਟਸ ਹੁੰਦੇ ਨੇ, ਇਸ ਤਰ੍ਹਾਂ ਦੀਆਂ ਘਟਨਾਵਾਂ, ਉਹਨਾਂ ਦੇ ਖਿਲਾਫ ਕਦੇ ਖੁੱਲ ਕੇ ਨਹੀਂ ਬੋਲਦੇ, ਇਹਨਾਂ ਦੀ ਕਦੇ ਖੁੱਲ ਕੇ ਨਿਖੇਧੀ ਨਹੀਂ ਕਰਦੇ। ਇਸੇ ਕਰਕੇ ਇਹਨਾਂ ਨੂੰ ਹੌਸਲਾ ਮਿਲਦਾ, ਇਹਨਾਂ ਨੂੰ ਹੱਲਾਸ਼ੇਰੀ ਮਿਲਦੀ ਆ। ਜੀ ਵਾਸੂ ਜੀ, ਤੇ ਮਨਪ੍ਰੀਤ ਜੀ, ਇਹ ਸੋ ਕਾਲਡ ਬੁਲਡੋਜ਼ਰ ਜਸਟਿਸ, ਇਹਦੇ ਬਾਰੇ ਸੁਪਰੀਮ ਕੋਰਟ ਨੇ ਕੀ ਕਿਹਾ ਜੀ? ਦੇਖੋ, ਸੁਪਰੀਮ ਕੋਰਟ ਨੇ ਮੈਨੂੰ ਲੱਗਦਾ ਬਹੁਤ ਇੱਕ ਅਹਿਮ ਫੈਸਲਾ ਵੀ ਦਿੱਤਾ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਗਾਈਡਲਾਈਨਸ ਵੀ ਬਣਾਏਗਾ। ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਸਨ 2017 ਦੇ ਵਿੱਚ ਜਦੋਂ ਯੋਗੀ ਆਦਿੱਤਿਆਨਾਥ, ਜਿਨ੍ਹਾਂ ਦਾ ਅਸਲੀ ਨਾਮ ਆ ਅਜੇ ਕੁਮਾਰ ਬਿਸ਼ਟ, ਜਦੋਂ ਉੱਥੋਂ ਦੇ ਮੁੱਖ ਮੰਤਰੀ ਬਣਦੇ ਨੇ, ਤੇ ਖਾਸ ਤੌਰ ਤੇ ਮੈਨੋਰਿਟੀ ਕਮਿਊਨਿਟੀਜ਼ ਨੂੰ ਲੈ ਕੇ, ਚਾਹੇ ਦਲਿਤ ਭਾਈਚਾਰਾ ਚਾਹੇ ਮੁਸਲਿਮ ਭਾਈਚਾਰਾ, ਉਹ ਜੇ ਥੋੜੀ ਬਹੁਤੀ ਵੀ ਕੋਈ ਗਲਤੀ ਕਰਦੇ ਸੀ ਵਾਸੂ ਜੀ, ਉਹਨਾਂ ਨੂੰ ਦੋਸ਼ੀ ਬਣਾ ਕੇ ਜਾਂ ਅਕਿਊਜ਼ ਬਣਾ ਕੇ ਉਹਨਾਂ ਦੇ ਘਰ ਢਾਉਣ ਲੱਗ ਜਾਂਦੇ ਸੀ ਤੇ ਬੁਲਡੋਜ਼ਰ ਲੈ ਕੇ ਚਲੇ ਜਾਂਦੇ ਸੀ। ਬੜੇ ਲੋਕੀ ਜਿਹੜੇ ਇਹਨਾਂ ਦੇ ਸਮਰਥਕ ਆ, ਇਸ ਨੀਤੀ ਨੂੰ ਬੜਾ ਵਧੀਆ ਸਮਝਦੇ ਸੀ, ਜਦਕਿ ਬਿਲਕੁਲ ਗੈਰ ਸੰਵਿਧਾਨਿਕ, ਗੈਰ ਕਾਨੂੰਨੀ ਸੀ। ਇਹੀ ਗੱਲ ਸੁਪਰੀਮ ਕੋਰਟ ਨੇ ਕਹੀ ਆ, ਡਿਵੀਜ਼ਨ ਬੈਂਚ ਨੇ ਕਹੀ ਆ, ਜਿਹਦੀ ਕਿ ਅਗਵਾਈ ਕਰ ਰਹੇ ਸੀ ਜਸਟਿਸ BR ਗਵਈ, ਉਹਨਾਂ ਨੇ ਇਹ ਗੱਲ ਕਹੀ ਆ। ਕਹਿੰਦੇ ਚਾਹੇ ਕੋਈ ਦੋਸ਼ੀ ਸਾਬਤ ਹੋ ਜਾਏ, ਕਨਵਿਕਟਡ ਵੀ ਕਿਉਂ ਨਾ ਹੋ ਜਾਏ, ਜੇ ਕਿਸੇ ਕਨਵਿਕਸ਼ਨ ਦੇ ਖਿਲਾਫ ਤੁਸੀਂ ਉਸ ਦੇ ਖਿਲਾਫ ਵੀ ਬੁਲਡੋਜ਼ਰ ਨਹੀਂ ਚਲਾ ਸਕਦੇ। ਇਹ ਤੁਸੀਂ ਦੇਖੋ ਕਿ ਕੀ ਇਹਨੇ ਕੋਈ ਇਨਕਰੋਚਮੈਂਟ ਕੀਤੀ ਹੋਈ ਆ, ਕੀ ਉਸਨੇ ਤੁਹਾਡੀ ਕੋਈ ਜਗ੍ਹਾ ਰੋਕੀ ਹੋਈ ਆ, ਇਹ ਇੱਕ ਵੱਖਰੀ ਗੱਲ ਆ।
ਪਰ ਜਿਹੜੀ ਤੁਹਾਡੀ ਇਹ ਨੀਤੀ ਆ, ਅਸੀਂ ਇਹਦੀ ਸਖਤ ਆਲੋਚਨਾ ਕਰਦੇ ਹਾਂ, ਬਿਲਕੁਲ ਗੈਰ ਕਾਨੂੰਨੀ ਆ, ਔਰ ਅੱਜ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਦਾ ਕੋਈ ਬਲਡੋਜ਼ਰ ਨਹੀਂ ਚਲਾਓਗੇ, ਔਰ ਇਹਦੀਆਂ ਗਾਈਡਲਾਈਨਸ ਅਸੀਂ 17 ਸਤੰਬਰ ਨੂੰ ਦਵਾਂਗੇ, ਦੁਬਾਰਾ ਇਹਦੀ ਸੁਣਵਾਈ ਹੋਊਗੀ। ਤੁਸੀਂ ਦੇਖੋ ਉੱਤਰ ਪ੍ਰਦੇਸ਼ ਦੇ ਵਿੱਚ ਵੀ ਇਹੀ ਹੁੰਦਾ ਸੀ, ਮੱਧ ਪ੍ਰਦੇਸ਼ ਦੇ ਵਿੱਚ ਵੀ ਇਹੀ ਹੁੰਦਾ ਸੀ, ਰਾਜਸਥਾਨ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ, ਆਸਾਮ ਦੇ ਵਿੱਚ, ਗੁਜਰਾਤ ਦੇ ਵਿੱਚ, ਇਹ ਸਾਰੀਆਂ ਸਟੇਟਸ ਦੇ ਵਿੱਚ ਇਸ ਤਰ੍ਹਾਂ ਦੀ ਬਲਡੋਜ਼ਰ ਨੀਤੀ, ਔਰ ਭਾਰਤੀ ਜਨਤਾ ਪਾਰਟੀ ਬੜੀ ਵਾਹਵਾ ਕਰਦੀ ਸੀ। ਦਰਅਸਲ ਮਿਨੋਰਿਟੀ ਕਮਿਊਨਿਟੀਜ਼ ਨੂੰ ਜਾਂ ਮੁਸਲਿਮ ਭਾਈਚਾਰੇ ਨੂੰ ਡਰਾ ਕੇ ਤੇ ਹਿੰਦੂ ਭਾਈਚਾਰੇ ਨੂੰ ਇਦਾਂ ਲੱਗਦਾ ਸੀ ਕਿ ਉਹ ਬੜੇ ਖੁਸ਼ ਹੋਣਗੇ, ਉਹ ਇਹਨਾਂ ਵੱਲ ਆਉਣਗੇ, ਇਹਨਾਂ ਨੂੰ ਵੋਟਾਂ ਪਾਉਣਗੇ, ਇਹ ਸਾਰੀ ਰਣਨੀਤੀ ਇਸੇ ਕਰਕੇ ਘੜੀ ਗਈ ਸੀ। ਲੇਕਿਨ ਹੁਣ ਸੁਪਰੀਮ ਕੋਰਟ ਨੇ, ਹਾਲਾਂਕਿ ਬਹੁਤ ਦੇਰ ਲਾਤੀ ਹੈ, ਮੈਂ ਕਹੂੰਗਾ ਦੇਰ ਆਏ ਪਰ ਦਰੁਸਤ ਆਏ, ਇਹ ਗੱਲ ਬਹੁਤ ਪਹਿਲਾਂ ਹੋ ਜਾਣੀ ਚਾਹੀਦੀ ਸੀ ਤਾਂ ਕਿ ਇੰਨੇ ਸਾਰੇ ਪਰਿਵਾਰਾਂ ਨੂੰ 5,000 ਤੋਂ ਵੀ ਵੱਧ ਦੇ ਕੇਸ ਆ ਉਹਨਾਂ ਨੂੰ ਬੇਘਰਨਾ ਹੋਣਾ ਪੈਂਦਾ। ਜੀ ਵਾਸੂ ਜੀ, ਤੇ ਮੰਤਰੀ ਜੀ, ਰਾਹੁਲ ਗਾਂਧੀ 8 ਤਰੀਕ ਨੂੰ 3 ਦਿਨਾਂ ਲਈ ਅਮਰੀਕਾ ਜਾ ਰਹੇ ਨੇ। ਬਿਲਕੁਲ, ਦੇਖੋ ਜਦੋਂ ਰਾਹੁਲ ਗਾਂਧੀ ਅਮਰੀਕਾ ਜਾਂਦੇ, ਔਰ ਪਹਿਲੀ ਵਿਜ਼ਿਟ ਆ ਇਹਨਾਂ ਦੀ ਜਦੋਂ ਤੋਂ ਇਹ ਲੀਡਰ ਆਫ ਦੀ ਆਪੋਜੀਸ਼ਨ ਬਣੇ ਆ, ਇਹਨਾਂ ਨੇ ਇੱਕ ਦਿਨ ਜਾਣਾ ਟੈਕਸਸ ਡਲਾਸ ਜਾਣਾ, ਉੱਥੇ ਟੈਕਸਸ ਜਿਹੜੀ ਯੂਨੀਵਰਸਿਟੀ ਆ ਉੱਥੇ ਅਕੈਡਮੀਸ਼ੀਅਨਸ ਨੂੰ, ਪ੍ਰੋਫੈਸ਼ਨਲਸ ਨੂੰ, ਟੈਕਨੋਕ੍ਰੇਟਸ ਨੂੰ ਜਾਂ ਹੋਰ ਜਿਹੜੇ ਥਿੰਕ ਟੈਂਕ ਨੂੰ, ਉਹਨਾਂ ਸਾਰਿਆਂ ਨੂੰ, ਸਟੂਡੈਂਟਸ ਨੂੰ, ਉਹਨਾਂ ਨੂੰ ਸੰਬੋਧਨ ਕਰਨਗੇ। ਇਸੇ ਤਰ੍ਹਾਂ 2 ਦਿਨ ਇਹਨਾਂ ਦੇ ਵਾਸ਼ਿੰਗਟਨ ਡੀਸੀ ਦੇ ਵਿੱਚ ਆ, ਉੱਥੇ ਵੀ ਇਹ ਰਹਿਣਗੇ। ਔਰ ਇਹ ਵੀ ਮੰਨਿਆ ਜਾ ਰਿਹਾ, ਹਾਲਾਂਕਿ ਅਧਿਕਾਰਿਕ ਤੌਰ ਤੇ ਇਸ ਦਾ ਕੋਈ ਐਲਾਨ ਨਹੀਂ ਹੋਇਆ, ਇਹਨਾਂ ਦਿਨਾਂ ਦੇ ਵਿੱਚ ਆਪਾਂ ਨੂੰ ਪਤਾ ਕਿ ਉੱਥੇ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਦੀ ਜਿਹੜੀ ਕੈਂਪੇਨ ਚੱਲ ਰਹੀ ਆ ਔਰ ਨਵੰਬਰ ਦੇ ਵਿੱਚ ਚੋਣਾਂ ਨੇ, ਹੋ ਸਕਦਾ ਕਿ ਇਹ ਡੈਮੋਕ੍ਰੇਟ ਦੇ ਜਿਹੜੇ ਨੁਮਾਇੰਦੇ ਨੇ ਕਮਲਾ ਹੈਰਿਸ, ਉਹਨਾਂ ਨੂੰ ਵੀ ਇਹਨਾਂ ਦੀ ਨਾਲ ਮੁਲਾਕਾਤ ਕੀਤੀ ਜਾਵੇ, ਇਸ ਤਰ੍ਹਾਂ ਦੀ ਵੀ ਸੰਭਾਵਨਾਵਾਂ ਨੇ। ਸੋ ਦੇਖਦੇ ਹਾਂ, ਪਰ ਭਾਰਤੀ ਜਨਤਾ ਪਾਰਟੀ RSS ਕਾਫੀ ਚਿੰਤਾ ਦੇ ਵਿੱਚ ਰਹਿੰਦੀ ਆ ਕਿ ਜਦੋਂ ਰਾਹੁਲ ਗਾਂਧੀ ਵਿਦੇਸ਼ ਜਾਂਦੇ ਨੇ, ਪਤਾ ਨਹੀਂ ਸਾਡੇ ਖਿਲਾਫ ਕੀ ਕਹਿ ਆਉਣ, ਜਾਂ ਭਾਰਤ ਦੀ ਜਿਹੜੀ ਇਸ ਟਾਈਮ ਮੌਜੂਦਾ ਹਾਲਤ ਆ ਉਸ ਬਾਰੇ ਕੀ ਕਹਿ ਆਉਣਗੇ, ਕਿਉਂਕਿ ਇਸ ਵਾਰੀ ਬਤੌਰ ਇਹ ਲੀਡਰ ਆਫ ਦੀ ਆਪੋਜੀਸ਼ਨ ਜਾ ਰਹੇ ਆ ਤੇ ਇਸ ਵਾਰੀ ਤਾਂ ਇਹਨਾਂ ਦੀ ਗੱਲ ਸੁਣੀ ਸੁਣੀ ਜਾਣੀ ਹੈ। ਜੀ ਵਾਸੂ ਜੀ, ਤੇ ਮਨਪ੍ਰੀਤ ਜੀ, ਕਾਂਗਰਸ ਵੱਲੋਂ ਇੱਕ ਵਾਰ ਫਿਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ SEBI ਦੀ ਚੇਅਰਪਰਸਨ ਨੂੰ ਹਟਾਇਆ ਜਾਵੇ। ਦੇਖੋ ਭਾਰਤ ਦਾ ਜਿਹੜਾ ਸ਼ੇਅਰ ਬਾਜ਼ਾਰ, ਇਹਦੀ ਤੁਸੀਂ ਦੇਖੋ 14 ਕਰੋੜ ਨਿਵੇਸ਼ਕ ਨੇ, ਇਨਵੈਸਟਰਸ ਨੇ, ਛੋਟੇ ਛੋਟੇ ਨਿਵੇਸ਼ਕ ਵੀ ਆ ਜਿਨ੍ਹਾਂ ਨੇ, ਕਿਸੇ ਨੇ ਕੋਈ 1,000 ਰੁਪਏ ਲਾਏ ਹੋਣਗੇ, ਕਿਸੇ ਨੇ 1 ਲੱਖ ਲਾਇਆ ਹੋਣਾ, 14 ਕਰੋੜ ਨੇ। ਔਰ ਇਸ ਦਾ ਜਿਹੜਾ ਭਾਰਤ ਦਾ ਟੋਟਲ ਬਜਟ ਆ ਉਸ ਤੋਂ 3-4 ਗੁਣਾ ਇਹ ਵੱਡਾ ਬਾਜ਼ਾਰ ਆ, ਇੰਨਾ ਵੱਡਾ ਬਾਜ਼ਾਰ ਆ। ਇਸ ਨੂੰ ਰੈਗੂਲੇਟ ਕਰਨ ਲਈ ਇਹ SEBI ਬਣੀ ਸੀ, ਸਿਕਿਉਰਿਟੀ ਐਕਸਚੇਂਜ ਆਫ ਬੋਰਡ ਆਫ ਇੰਡੀਆ। ਲੇਕਿਨ ਹੁਣ ਜਿਹੜੀ ਇਹਦੀ ਚੇਅਰਪਰਸਨ ਆ ਉਸ ਤੇ ਸਵਾਲ ਉੱਠਣ ਲੱਗ ਗਏ ਨੇ, ਮਾਧਵੀ ਪੂਰੀ ਬੁੱਚ, ਕਿਉਂਕਿ ਖੁਦ ਪਹਿਲਾਂ ਤਾਂ ਇਸ ਤੇ ਸਵਾਲ ਉੱਠੇ ਕਿ ਇਹਨਾਂ ਨੇ ਇਨਵੈਸਟਮੈਂਟ ਕੀਤੀ ਹੋਈ ਹੈ ਜਿਸ ਦੇ ਖਿਲਾਫ ਜਾਂਚ ਹੋਣੀ ਸੀ ਗੌਤਮ ਅਡਾਨੀ ਦੀ ਕੰਪਨੀ ਦੇ ਵਿੱਚ, ਤੇ ਹੁਣ ਪਤਾ ਲੱਗਾ ਕਿ ਜਦੋਂ ਇਹਨਾਂ ਨੂੰ SEBI ਦੇ ਵਿੱਚ ਲਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਇਹ ICICI ਬੈਂਕ ਤੋਂ ਵੀ ਤਨਖਾਹ ਲੈਂਦੇ ਰਹੇ। ਬਾਅਦ ਦੇ ਵਿੱਚ ਇਹਨਾਂ ਨੇ ਸਪਸ਼ਟੀਕਰਨ ਦਿੱਤਾ, ICICI ਬੈਂਕ ਨੇ, ਕਹਿੰਦੇ ਜੀ ਉਹ ਤਾਂ ਅਸੀਂ ਪੈਨਸ਼ਨ ਦਿੰਦੇ ਸੀ, ਪਰ ਤੁਹਾਨੂੰ ਪਤਾ ਕਾਂਗਰਸ ਨੇ ਫੇਰ ਐਕਸਪੋਜ਼ ਕਰਤਾ। ਵਾਸੂ ਜੀ, ਕਾਂਗਰਸ ਕਹਿੰਦੀ ਕਿ ਤੁਹਾਡੀ ਜਿਹੜੀ ਪੈਨਸ਼ਨ ਆ ਉਹ ਤੁਹਾਡੀ ਤਨਖਾਹ ਤੋਂ ਵੱਧ ਕਿੱਦਾਂ ਹੋ ਸਕਦੀ ਹੈ, ਔਰ 23 ਗੁਣਾ ਵੱਧ ਆ, ਕਰੋੜਾਂ ਚ। ਤੋ ਇਹ ਸਾਰਾ ਕੁਝ ਮਾਮਲੇ ਦੇ ਵਿੱਚ ਹੁਣ ਫਿਰ ਕਾਂਗਰਸ ਨੇ ਇਹਨਾਂ ਦਾ ਅਸਤੀਫੇ ਦੀ ਮੰਗ ਕੀਤੀ ਆ, ਪਰ ਕਿਉਂਕਿ ਇਹਨਾਂ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਇਆ ਜਾਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲਾਇਆ, ਤੇ ਕਿਸੇ ਦੀ ਹਿੰਮਤ ਨਹੀਂ ਆ ਕਿ ਇਹਨਾਂ ਨੂੰ ਇਸ ਕੁਰਸੀ ਤੋਂ ਹਟਾਇਆ ਜਾ ਸਕੇ। ਜਿੰਨੀ ਦੇਰ ਤੱਕ ਇਹ ਦੋਨੇ ਨਹੀਂ ਇਸ ਗੱਲ ਬਾਰੇ ਸੋਚਦੇ ਕਿ ਇਸ ਨਾਲ ਭਾਰਤ ਦੇ ਬਾਜ਼ਾਰ ਦਾ ਜਾਂ ਭਾਰਤ ਦੀ ਸਾਖ ਦਾ ਨੁਕਸਾਨ ਕਿੰਨਾ ਹੋ ਰਿਹਾ। ਜੀ ਵਾਸੂ ਜੀ, ਮਨਪ੍ਰੀਤ ਜੀ, ਇਹਨਾਂ ਸਾਰੀਆਂ ਖਬਰਾਂ ਲਈ, ਇਸ ਐਨਾਲਿਸਿਸ ਲਈ ਤੁਹਾਡਾ ਬਹੁਤ ਧੰਨਵਾਦ। ਕੱਲ ਫਿਰ ਗੱਲਬਾਤ ਹੋਏਗੀ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਵਾਸੂ ਜੀ।